ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋਈ ਹੈ। ਇਸ ਭਿਆਨਕ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਜਦੋਂ ਕਿ 4 ਜਣੇ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਹਾਦਸਾ ਵਾਪਰਿਆ, ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋਈ ਹੈ। ਇਸ ਭਿਆਨਕ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਜਦੋਂ ਕਿ 4 ਲੋਕੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ, ਗਲਤ ਸਾਈਡ ਤੋਂ ਆ ਰਹੀ ਗੱਡੀ ਨੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ, 4 ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ। ਦੋਹਾਂ ਕਾਰਾਂ ਦੇ ਏਅਰ ਬੈਗ ਖੁੱਲ ਗਏ ਤਾਂ ਜਾ ਕੇ ਕਿਤੇ ਬਾਕੀਆਂ ਦੀ ਜਾਨ ਬਚੀ ਹੈ, ਨਹੀਂ ਤਾਂ ਇਹ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ। ਤਾਂ ਤਸਵੀਰਾਂ ਵੇਖ ਰਹੇ ਹੋ ਮੋਗਾ ਦੀਆਂ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਇੱਕ ਔਰਤ ਦੀ ਜਾਨ ਚਲੀ ਗਈ ਹੈ ਜਦੋਂ ਕਿ 4 ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਖਬਰ ਤੇ ਜ਼ਿਆਦਾ ਜਾਣਕਾਰੀ ਲਈ ਦਿਲੀਪ ਕੁਮਾਰ ਸਾਡੇ ਨਾਲ ਜੁੜ ਚੁੱਕੇ ਨੇ। ਦਿਲੀਪ, ਕਦੋਂ ਦੀ ਇਹ ਘਟਨਾ, ਕਿਵੇਂ ਵਾਪਰਿਆ ਹਾਦਸਾ, ਕਿੱਥੋਂ ਦੇ ਵਸਨੀਕ ਸੀ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ? ਬਿਲਕੁਲ ਵਿਵੇਕ ਜੀ, ਤੁਹਾਨੂੰ ਦੱਸ ਦਈਏ ਘਟਨਾ ਜਿਹੜੀ ਹੈ ਮੋਗਾ ਦੇ ਅੰਮ੍ਰਿਤਸਰ ਰੋਡ ਦੀ ਹੈ। ਦੋ ਕਾਰਾਂ ਦੀ ਆਹਮਣੇ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 4 ਲੋਕ ਜਿਹੜੇ ਗੰਭੀਰ ਜ਼ਖਮੀ ਔਰ ਇੱਕ ਮਹਿਲਾ ਦੀ ਜਿਹੜੀ ਹੈ ਮੌਤ ਹੋ ਗਈ ਹੈ। ਗੱਡੀ ਚਾਲਕ ਨੇ ਦੱਸਿਆ ਕਿ ਉਹ ਧਰਮਕੋਟ ਤੋਂ ਚੱਲ ਕੇ ਮੋਗਾ ਵੱਲ ਆ ਰਿਹਾ ਸੀਗਾ, ਤਾਂ ਦੂਸਰੀ ਸਾਈਡ ਤੋਂ ਇੱਕ ਜਿਹੜੀ ਗੱਡੀ ਸੀਗੀ ਉਹ ਗੱਡੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਔਰ ਗੱਡੀ ਨੇ ਲੈ ਕੇ ਟੱਕਰ ਜਦੋਂ ਸਾਹਮਣੇ ਮਾਰੀ ਹੈ ਜਿਸ ਦੇ ਵਿੱਚ ਉਸਨੂੰ ਕਾਫੀ ਸੱਟਾਂ ਲੱਗੀਆਂ, ਔਰ ਦੂਸਰੀ ਸਾਈਡ ਤੋਂ ਜਿਹੜੀ ਗੱਡੀ ਆ ਰਹੀ ਸੀ ਜਿਸਨੂੰ ਸਕਸ਼ਮ ਜਿਹੜਾ ਗੱਡੀ ਚਾਲਕ ਸੀ ਉਹ ਚਲਾ ਰਿਹਾ ਸੀ, ਉਸਨੇ ਦੱਸਿਆ ਕਿ ਉਹ ਬਾਘਾ ਪੁਰਾਣਾ ਤੋਂ ਨਾਨਕਸਰ ਮੱਥਾ ਟੇਕਣ ਲਈ ਜਾ ਰਿਹਾ ਸੀ। ਗੱਡੀ ਦੇ ਵਿੱਚ 5 ਲੋਕ ਸਵਾਰ ਸਨ ਜਿਸ ਦੇ ਵਿੱਚ ਜਦੋਂ ਮੋਟਰਸਾਈਕਲ ਨੂੰ ਬਚਾਉਣ ਲੱਗਿਆ ਤਾਂ ਮੋਟਰਸਾਈਕਲ ਨੂੰ ਬਚਾਉਂਦਿਆਂ ਇੱਕ ਤੇਜ਼ ਰਫ਼ਤਾਰ ਗੱਡੀ ਜਿਹੜੀ ਦੂਸਰੀ ਸਾਈਡ ਧਰਮਕੋਟ ਤੋਂ ਦੱਸੀ ਜਾ ਰਹੀ ਹੈ ਉਹਨੇ ਲੈ ਕੇ ਵਿੱਚ ਮਾਰੀ ਹੈ ਔਰ ਉਸ ਦੇ ਵਿੱਚ ਜਿਹੜੀ ਹੈ ਮੈਂ ਆਪਣੀ ਮਾਤਾ ਦੀ ਜਿਹੜੀ ਉਹਦੀ ਮੌਤ ਹੋ ਗਈ ਹੈ ਜੀ। ਵਿਵੇਕ, ਜ਼ਖਮੀਆਂ ਦੀ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ? ਹਸਪਤਾਲ ਤਾਂ ਪਹੁੰਚਾਇਆ, ਦਿਖ ਰਹੀਆਂ ਨੇ ਤਸਵੀਰਾਂ, ਡਾਕਟਰਾਂ ਦਾ ਜ਼ਖਮੀਆਂ ਬਾਰੇ ਕੀ ਕੁਝ ਕਹਿਣਾ? ਬਿਲਕੁਲ ਵਿਵੇਕ ਜੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੇ 5 ਲੋਕ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਸੀ ਔਰ ਇੱਕ ਜਿਹੜੀ ਮਹਿਲਾ ਦੀ ਮੌਤ ਹੋਈ ਹੈ, ਔਰ ਜਿਹੜੇ 4 ਲੋਕ ਹੈ ਜਿਹਨੇ ਇਸ ਟਾਈਮ ਬਾਕੀ ਨੇ ਹਸਪਤਾਲ ਦੇ ਵਿੱਚ ਜਿਹਨਾਂ ਦਾ ਇਲਾਜ ਚੱਲ ਰਿਹਾ, 4ਾਂ ਨੂੰ ਜਿਹੜੀ ਆ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਜੀ। ਵਿਵੇਕ ਜੀ, ਦਿਲੀਪ, ਤਾਂ ਮੋਗਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ, ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਇੱਕ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ, ਤਾਂ ਲਾਪਰਵਾਹੀ ਇੱਕ ਪਰਿਵਾਰ ਤੇ ਭਾਰੀ ਪੈ ਗਈ। ਇੱਕ ਔਰਤ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਕਿ ਉਸਦਾ ਪੁੱਤ ਹੀ ਗੱਡੀ ਨੂੰ ਚਲਾ ਰਿਹਾ ਸੀ, ਰੋਂਗ ਸਾਈਡ ਤੋਂ ਜਾਣ ਕਾਰਨ ਉਸਦੀ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟੱਕਰ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਹੋਏ ਉਸਨੇ ਆਪਣੀ ਗੱਡੀ ਨੂੰ ਰੋਂਗ ਸਾਈਡ ਕੀਤਾ ਸੀ। ਹਾਲਾਂਕਿ 4 ਜਣਿਆਂ ਦੀ ਜਾਨ ਬਚ ਗਈ ਕਿਉਂਕਿ ਗੱਡੀ ਦੇ ਏਅਰ ਬੈਗ ਖੁੱਲ੍ਹ ਗਏ, ਜੇਕਰ ਏਅਰ ਬੈਗ ਨਾ ਖੁੱਲ੍ਹਦੇ ਤਾਂ ਨੁਕਸਾਨ ਜ਼ਿਆਦਾ ਵੀ ਹੋ ਸਕਦੇ ਸੀ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਕਿ ਦੋਵੇਂ ਕਾਰਾਂ ਕਿੰਨੇ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ। ਜਿਸ ਔਰਤ ਦੀ ਮੌਤ ਹੋਈ ਹੈ ਉਸਦਾ ਨਾਂ ਕਮਲੇਸ਼ ਕੁਮਾਰੀ ਦੱਸਿਆ ਜਾ ਰਿਹਾ। ਇਹ ਸਾਰੇ ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਸਫ਼ਰ ਕਰ ਰਹੇ ਸੀ ਜਿੱਥੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ। ਫਿਲਹਾਲ ਇਸ ਪੂਰੀ ਘਟਨਾ ਬਾਰੇ ਚਸ਼ਮਦੀਦ ਦਾ ਅਤੇ ਜ਼ਖਮੀਆਂ ਦਾ ਬਿਆਨ ਸਾਹਮਣੇ ਆਇਆ, ਕੀ ਕੁਝ ਕਿਹਾ ਉਹਨਾਂ ਨੇ ਜਾਣ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੰਗਤ ਰਾਮ ਹੈ ਜੀ। ਐਕਸੀਡੈਂਟ ਹੋਇਆ, ਕਿੱਦਾਂ ਹੋਇਆ, ਕਿੱਥੋਂ ਆ ਰਹੇ ਸੀ? ਮੈਂ ਧਰਮਕੋਟ ਤੋਂ ਆ ਰਿਹਾ ਸੀਗਾ, ਮੈਂ ਗੱਡੀ ਚਾਹੁੰਦਾ ਪਿਆ ਸੀਗਾ ਅਤੇ ਇਹ ਗੱਡੀ ਆ ਰਹੀ ਸੀ ਮੋਗਾ ਸਾਈਡ ਤੋਂ। ਮੈਂ ਲੰਡੇ ਕੇ ਬੁੱਟਰ ਕਲੀਨਿਕ ਜਿਹੜਾ ਹੈਗਾ ਜੀ ਅੱਖਾਂ ਵਾਲਾ, ਉੱਥੇ ਆਪਣੀ ਸਾਈਡ ਲੈਫਟ ਸਾਈਡ ਆਉਂਦਾ ਵੀ ਇਹਨਾਂ ਨੇ ਗੱਡੀ ਮਤਲਬ ਕਿ ਰੋਂਗ ਸਾਈਡ ਆ ਕੇ ਮੇਰੇ ਬੱਚੇ ਨੂੰ ਮਾਰੀ ਸੀ, ਲੈ ਕੇ ਠੋਕ ਰੋਂਗ ਸਾਈਡ ਮਾਰੀ, ਰੋਂਗ ਸਾਈਡ ਗੱਡੀ ਮਾਰੀ। ਤੁਸੀਂ ਕਿੱਥੇ ਜਾਣਾ ਸੀ? ਮੈਂ ਮੋਗੇ ਆਉਣਾ ਸੀਗਾ ਜੀ। ਕਿਵੇਂ ਕੀ ਲੱਗਦਾ, ਕੀ ਆ, ਕਿਵੇਂ, ਕਿੰਨਾ ਕੁ ਸੱਟਾਂ ਵੱਜੀਆਂ? ਸੱਟਾਂ ਮੇਰੇ
ਗੋਡੇ 'ਤੇ ਮੋਢਾ ਪਿੱਛੇ ਢੋਈ, ਬੈਕ ਪੇਨ, ਅੰਦਰ ਪਸਲੀਆਂ ਦੇ ਦਬ ਹੁੰਦੀ ਆ, ਅਤੇ ਮੇਰਾ ਹਾਂ ਕੀ ਆ ਗੋਡਾ ਮੁੜਦਾ ਨਹੀਂ ਗਿਆ। ਜਿਹੜਾ ਦੂਸਰੀ ਗੱਡੀ ਤੋਂ ਬੱਚਾ ਪਤਾ ਲੱਗਾ ਉਹ ਕਿੱਥੋਂ ਆ ਰਹੇ ਸੀ? ਉਹ ਮਤਲਬ ਇਹ ਮੈਨੂੰ ਨਹੀਂ ਪਤਾ ਕਿੱਥੋਂ, ਮੋਗਾ ਸਾਈਡ ਤੋਂ ਆ ਰਹੇ ਸੀਗੇ, ਪਰ ਇਹ ਰੋਂਗ ਸਾਈਡ ਆ ਕੇ ਇਹਨਾਂ ਨੇ ਗੱਡੀ ਮੇਰੇ ਅੰਦਰ ਠੋਕੀ ਸੀ। ਉਹ ਕੁਣੀ ਮੋੜ ਸੀਗਾ, ਗੱਡੀ ਬਹੁਤ ਸੀ, ਇਹਨਾਂ 80-100 ਸਪੀਡ 'ਤੇ ਗੱਡੀ ਆ ਰਹੀ ਸੀ। ਇੱਕ ਮੋਟਰਸਾਈਕਲ ਸੁੱਕ ਇਹਨਾਂ ਦੇ ਅੱਗੇ ਆਇਆ, ਉਹ ਸੁੱਕ ਟੇਡਾ ਉਡਾ ਬਚ ਕੇ ਨਿਕਲ ਗਿਆ, ਇਹਨਾਂ ਨੇ ਸਿੱਧਾ ਗੱਡੀ ਮੇਰੇ ਠੋਕੀ। ਭਾਈ ਅਸੀਂ ਜਾ ਰਹੇ ਸੀ ਆਪਣਾ, ਠੀਕ ਆ, ਪਲਸਰ 'ਤੇ ਮੋਟਰਸਾਈਕਲ ਆਉਂਦਾ ਸੀ ਮੁੰਡਾ, ਠੀਕ ਆ, ਵੀ ਤੇਜ਼ ਸੀਗਾ, ਉਹ ਵੀ ਆਉਂਦਾ ਸੀਗਾ, ਉਹਨੂੰ ਬਚਾਉਂਦੇ ਬਚਾਉਂਦੇ ਇੱਧਰ ਨੂੰ ਗੱਡੀ ਕੀਤੀ, ਉਹ ਸਿੱਧੀ ਜਿਹੜੀ ਨਾਲ ਦੀ ਗੱਡੀ ਸੀ ਉਹ ਬੰਮ ਘਰ ਦੇ ਵਿੱਚ ਵੱਜੀ ਕੁਰ ਗਈ। ਗੱਡੀ ਤੁਸੀਂ ਚਲਾ ਰਹੇ ਸੀ? ਗੱਡੀ ਮੈਂ ਚਲਾ ਰਿਹਾ ਸੀਗਾ। ਕਿੱਥੇ ਜਾ ਕਿੱਥੇ ਰਹੇ? ਅਸੀਂ ਨਾਨਾਸਰ ਚੱਲੇ ਸੀ ਮੱਥਾ ਟੇਕਣ। ਕਾਹਦਾ ਕਾਹਦਾ ਐਕਸੀਡੈਂਟ ਕਾਹਦਾ ਕਾਹਦਾ ਹੋਇਆ? ਗੱਡੀਆਂ ਦੇ ਹਾਂ, ਗੱਡੀਆਂ ਵੱਜੀਆਂ, ਗੱਡੀਆਂ ਵੱਜਿਆ ਬਸ, ਅਤੇ ਮੌਤ ਹੋਈ ਹੈ ਕਿਸੇ ਕਿਹਦੀ? ਮੌਤ ਹੋਈ ਮੇਰੀ ਮੰਮੀ ਦੀ। ਹੋਰ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ? ਅਸੀਂ 4 ਜਾਣੇ ਸੀਗੇ। ਇਹ ਦੋ ਵਹੀਕਲ ਦਾ ਆਪਸ ਐਕਸੀਡੈਂਟ ਹੋਇਆ ਨੀਅਰ ਬੁੱਟਰ ਹੋਸਪਿਟਲ ਲੰਡੇ ਕੇ। ਇਹਦੇ ਵਿੱਚ ਟੋਟਲ ਸਾਡੇ ਕੋਲ 5 ਪੇਸ਼ੈਂਟ ਆਏ ਆ। ਇੱਕ ਪੇਸ਼ੈਂਟ ਕਮਲੇਸ਼ ਜਿਹੜੇ ਨੇ ਉਹ ਬਰੋਡ ਡੈਡ ਨੇ, ਅਤੇ ਉਸ ਤੋਂ ਇਲਾਵਾ 4 ਪੇਸ਼ੈਂਟ ਜਿਹੜੇ ਆ ਉਹ ਵੱਖ ਵੱਖ ਸੱਟਾਂ ਨਾਲ ਆਏ ਨੇ ਸਾਡੇ ਕੋਲ। ਇਹਨਾਂ ਦੇ ਇਸ ਬਾਰੇ ਜਾਣਕਾਰੀ ਕੋਈ ਨਹੀਂ ਹੈਗੀ ਸਾਡੇ ਕੋਲ। ਐਕਚੁਅਲੀ ਜਿੱਦਾਂ ਹੀ ਆਏ ਆ ਅਸੀਂ ਟ੍ਰੀਟਮੈਂਟ ਵਗੈਰਾ ਆਪਣਾ। ਇੱਕ ਬਰੋਡ ਡੈਡ ਆ ਸਰ? ਹਾਂਜੀ, ਇੱਕ ਬਰੋਡ ਡੈਡ ਆ, ਸੱਟਾਂ ਕਿੰਨੇ ਬਾਕੀ? ਬਾਕੀ 4 ਇੰਜਰਡ ਹੈਗੇ ਆ, ਠੀਕ ਆ। ਉਹਦੇ ਵਿੱਚ ਇੱਕ ਪੇਸ਼ੈਂਟ ਦੇ ਹੈੱਡ ਇੰਜਰੀ, 2 ਪੇਸ਼ੈਂਟ ਦੇ ਹੈੱਡ ਇੰਜਰੀ ਹੈਗੀ ਆ, ਅਤੇ 2 ਪੇਸ਼ੈਂਟ ਦੇ ਆਪਣੀ ਲਿਮਸ ਦੇ ਇੰਜਰੀ ਹੈਗੀ ਆ। ਰੈਫਰ ਤਾਂ ਨਹੀਂ ਕੀਤਾ? ਰੈਫਰ ਨਹੀਂ ਕੋਈ ਕੀਤਾ ਹੈਗਾ।